ਸਟੈਂਡਿੰਗ ਪ੍ਰੋਬਲਮ ਟਾਈਮ ਪ੍ਰੋਬਲਮ ਜਿਹੜਾ ਖਾਸ ਟੌਪਿਕ ਅੱਜ ਦਾ ਫੇਰ ਉਹ ਹੀ ਤੁਹਾਡੀ ਡਿਮਾਂਡ ਤੇ ਸਭ ਤੋਂ ਵੱਡਾ ਕਾਰਨ ਸਟ्रेस ਦੂਸਰਾ ਕਾਰਨ ਕਿ ਬਲੱਡ ਸਪਲਾਈ ਉੱਤੇ ਨਹੀਂ ਜਾਂਦੀ ਤੇ ਕਿਉਂ ਨਹੀਂ ਜਾਂਦੀ ਚੰਗਾ ਭਲਾ ਮਰਦ ਆਦਮੀ ਜਿੰਨੀ ਮਰਜੀ ਪਾਵਰਫੁਲ ਸਟੈਂਡਿੰਗ ਹੋਵੇ ਜੇ ਕਿਸਮ ਦੀ ਸਟ्रेस ਦਿਮਾਗ ਤੇ ਆ ਗਈ ਤੇ ਉੱਥੇ ਵੀ ਸਟੈਂਡਿੰਗ ਖਤਮ ਹੋ ਜਾਂਦੀ ਹੈ ਜਿੰਨੀਆਂ ਦਵਾਈਆਂ ਤੁਸੀਂ ਉਹ ਖਾ ਰਹੇ ਹੋ ਤੇ ਜਿੰਨੀਆਂ ਇਹ ਬਿਮਾਰੀਆਂ ਦੇ ਵਿੱਚ ਨਾ ਲੇਤੇ ਇਹਨਾਂ ਕਰਕੇ ਵੀ ਨਾ ਮਰਦਾਂ ਦੀਆਂ ਦੁਨੀਆ ਮੈਨੂੰ ਕਹਿੰਦੇ ਤਿੰਨ ਤਿੰਨ ਮਹੀਨੇ 6 6 ਮਹੀਨੇ ਜੇ ਧੀਰ ਨਹੀਂ ਕਰਦਾ ਸੈਕਸ ਕਰਨ ਨੂੰ ਮੈਂ ਹੈਰਾਨ ਹੋ ਜਿੰਨਾ ਅਸੀਂ ਦਵਾਈ ਭੇਜੀ ਦੀ ਆ ਉਹ ਹੀ ਬੰਦੇ ਹਫਤੇ ਚ ਇੱਕ ਵਾਰੀ ਸੈਕਸ ਕਰ ਰਹੇ ਆਪਣੀ ਫੈਮਿਲੀ ਇੰਜੋਏ ਕਰ ਰਹੀ ਹੈ ਸੱਚ ਪੁੱਛੋ ਤੇ ਤੁਹਾਡੇ ਆਪਣੇ ਹਾਤੀ ਮਰਦਾਨਾ ਤਾਕਤ ਨੂੰ ਕਾਇਮ ਰੱਖਣਾ ਸਟ੍ਰੈਸ ਤੋਂ ਦੂਰ ਰਹੋ ਅੰਗਰੇਜ਼ੀ ਦਵਾਈਆਂ ਤੋਂ ਦੂਰ ਰਹੋ ਐਕਸਰਸਾਈਜ਼ ਕਰੋ ਕਿੰਨੇ ਤੁਸੀਂ ਸ਼ੇਕ ਆਪ ਬਣਾ ਸਕਦੇ ਹੋ ਕਿੰਨੇ ਅਸੀਂ ਤੁਹਾਨੂੰ ਜੂਸਿਸ ਦੋਸਤੇ ਕਿੰਨੀਆਂ ਰੈਮਡੀਜ਼ ਅਸੀਂ ਆ ਸਾਰੇ ਸੁਣਨ ਵਾਲੇ ਇੱਕ ਚੀਜ਼ ਨੋਟ ਕਰ ਲੈਣਾ ਦੁਨੀਆ ਚ ਦਵਾਈ ਕਿਤੋਂ ਵੀ ਮੰਗਾਓ ਕਾਉ ਤੇ ਆਯੁਰਵੈਦਿਕ ਲੇਕਿਨ ਪਿਓ ਸਾਡੇ ਕੋਲ ਇਹੋ ਜੇ ਨੁਸਖੇ ਨਾਲ ਇਸ ਸਟੈਂਡਿੰਗ ਪ੍ਰੋਬਲਮ ਬਲ ਫਾਇਦਾ ਨਾਲੇ ਟਾਈਮ ਲਾਂਦੇ ਉਧਰ ਵੀ ਜਿੰਨਾ ਮਰਜੀ ਤੁਸੀਂ ਟਾਈਮ ਲਾ ਸਕਦੇ ਨਮਸਕਾਰ ਸਤ ਸ੍ਰੀ ਅਕਾਲ ਮੈਂ ਹੂੰ ਡਾਕਟਰ ਕੁਮਾਰ ਨੈਚੁਰਲ ਹੋਲਿਸਟਿਕ ਹਰਬਲ ਹੈਲਥ ਸੈਂਟਰ ਤੇ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਆਰ ਕੇ ਹੋਲਿਸਟਿਕ ਆਯੁਰਵੈਦਿਕ ਸੈਂਟਰ ਵੈਲਕਮ ਯੂ ਪਿਆਰੇ ਦਰਸ਼ਕੋ ਕੋਈ ਸਰੀਰ ਦੀ ਐਸੀ ਬਿਮਾਰੀ ਨਹੀਂ ਜਿਹਦੇ ਬਾਰੇ ਆਪਾਂ ਟੀਵੀ ਤੇ ਕੋਈ ਐਪੀਸੋਡ ਨਾ ਕੀਤਾ ਹੋਵੇ ਭਾਵੇਂ ਆਪਾਂ ਗੱਲ ਕਰੀਏ ਲਿਵਰ ਡਿਸਆਰਡਰ ਦੀ ਫੈਟ ਲਿਵਰ ਦੀ ਸ਼ਰਾਬ ਚੁੜਾਣ ਦੀ ਨਸ਼ੇ ਦੀ ਕਿਸੇ ਕਿਸਮ ਦੀ ਬਲੱਡ ਪ੍ਰੈਸ਼ਰ ਦੀ 슈ਗਰ ਦੀ ਕੋਲੇਸਟ੍ਰੋਲ ਦੀ ਫੈਟ ਲਿਵਰ ਦੀ ਜਾਂ ਗੱਲ ਕਰੀਏ ਭਾਵੇਂ ਅਸੀਂ ਗੁਪਤ ਰੋਗਾਂ ਦੀ ਨਾ ਮਰਦਾਨਗੀ ਦੀ ਇੰਪੋਰਟੈਂਸ ਦੀ ਫ੍ਰਿਜਿਲਿਟੀ ਦੀ ਟੈਸਟੋਸਟੀਰੋਨ ਲੈਵਲ ਕੱਟ ਦੀ ਔਲਾਦ ਨਾ ਹੁੰਦੀ ਹੋਵੇ ਸਟੈਂਡਿੰਗ ਪ੍ਰੋਬਲਮ ਟਾਈਮ ਪ੍ਰੋਬਲਮ ਜਿਹੜਾ ਕਾਸ ਟਾਪਿਕ ਅੱਜ ਦਾ ਫੇਰ ਉਹ ਹੀ ਤੁਹਾਡੀ ਡਿਮਾਂਡ ਤੇ ਮਰਦਾਨਾ ਕਮਜ਼ੋਰੀ ਭਰੇ ਗੱਲ ਕਰਾਂਗੇ ਇਹ ਟਾਪਿਕ ਤੇ ਬਾਰ ਬਾਰ ਤੁਸੀਂ ਮੈਨੂੰ ਕਹਿੰਦੇ ਹੋ ਤੇ ਫਿਰ ਮੈਨੂੰ ਕਰਨਾ ਪੈਂਦਾ ਐਪੀਸੋਡ ਪਾਵੇਂ ਹਰ ਵਾਰੀ ਮੈਨੂੰ ਇਹ ਦੱਸਣਾ ਪੈਂਦਾ ਕਿ ਇੱਕ ਸਰੀਰ ਦੀ ਕੋਈ ਬਿਮਾਰੀ ਹੋਵੇ ਕਿਉਂ 25 30 ਸਾਲ ਤੋਂ ਤੁਸੀਂ ਮੈਨੂੰ ਟੀਵੀ ਤੇ ਦੇਖ ਰਹੇ ਹੋ ਹਰ ਪੰਜਾਬੀ ਚੈਨਲ ਤੇ ਮੇਰੇ ਪ੍ਰੋਗਰਾਮ ਆ ਚੁੱਕੇ ਆ ਪਾਮਿਕ ਕੋਈ ਸਕਿਨ ਪ੍ਰੋਬਲਮ ਹੈ ਅਲਰਜੀ ਐਕਜ਼ੀਮਾ ਰੈਸ਼ ਹੈ ਠੰਡ ਕਰਕੇ ਦਰਦਾਂ ਸ਼ੁਰੂ ਹੋ ਜਣੀਆਂ ਆਰਥਰਾਇਟਸ ਪ੍ਰੋਬਲਮ ਹੋਵੇ ਰੀੜ ਦੀ ਹੱਡੀ ਦੀ ਮਨਕਿਆਂ ਦੀ ਪ੍ਰੋਬਲਮ ਹੋਵੇ نیچے ਸਕਰੋਲ ਚੱਲ ਰਹੀ ਹੈ ਪੰਜਾਬੀ ਚੋਂ ਵੀ ਪੜ ਸਕਦੇ ਹੋ ਮੇਰੇ ਨਾਲ ਤੁਸੀਂ ਇੰਗਲਿਸ਼ ਪੰਜਾਬੀ ਹਿੰਦੀ ਜਿੱਦਾਂ ਮਰਜ਼ੀ ਗੱਲ ਕਰ ਲਓ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਮੇਰੀ ਲੋਕੇਸ਼ਨ ਦੇਖੋ ਫੋਨ ਨੰਬਰ ਲਗਾਤਾਰ ਆ ਰਹੇ ਹਨ ਬਿਮਾਰੀ ਸਰੀਰ ਦੀ ਕੋਈ ਹੋਵੇ ਪਰ ਸਪੈਸ਼ੈਲਟੀ ਜਿਹੜੀ ਤੁਸੀਂ ਮੇਰੇ ਐਨੇ ਸਾਲਾਂ ਚ ਆਪੇ ਕਰ ਦਿੱਤੀ ਕਿ ਸੈਕਸ ਸਪੈਸ਼ਲਿਸਟ ਸੋ ਅੱਜ ਦਾ ਟੌਪਿਕ ਆਪਾਂ ਫੇਰ ਉਹੀ ਕਰਾਂਗੇ ਜੇ ਕਿਸੇ ਨੂੰ ਕਿਸੇ ਉਮਰ ਚ ਵੀ ਕੋਈ ਸਟੈਂਡਿੰਗ ਪ੍ਰੋਬਲਮ ਹੈ ਇਰੇਕਸ਼ਨ ਪ੍ਰੋਬਲਮ ਹੈ ਜਾਂ ਪ੍ਰੀਮਚੁਰ ਇਜੈਕੂਲੇਸ਼ਨ ਵੀ ਟਾਈਮ ਨਹੀਂ ਲੱਗਦਾ ਜਾਂ ਕਿਸੇ ਨੂੰ ਤਾਤ ਪੈਂਦੀ ਹੈ ਜਾਂ ਸਪਨਦੋਸ਼ ਹੈ ਉਹਦੇ ਕਈ ਕਾਰਨ ਨੇ ਯੰਗ-ਯੰਗ ਮੁੰਡਿਆਂ ਨੇ ਆਪਣਾ ਸਰੀਰ ਬਰਬਾਦ ਕੀਤਾ ਪੁੱਠੇ ਕੰਮਾਂ ਚ ਪਾ ਕੇ ਭਾਵੇਂ ਹਸਤ ਮੈਥਨ ਨਾਲ ਕੀਤਾ ਭਾਵੇਂ ਨਸ਼ੇ ਨਾਲ ਕੀਤਾ ਜਾਂ ਕਈ ਵਾਰੀ ਤੁਸੀਂ ਸੁਣਿਆ ਹੋਣਾ ਮੇਰੇ ਹਰ ਪ੍ਰੋਗਰਾਮ ਚ ਕਿ ਸਟ्रेस ਇਜ਼ ਅ ਹੋਮ ਆਫ ਡਿਜ਼ੀਜ਼ ਚੰਗਾ ਪਲਾ ਮਰਦ ਆਦਮੀ ਜਿੰਨੀ ਮਰਜੀ ਪਾਵਰਫੁੱਲ ਸਟੈਂਡਿੰਗ ਹੋਵੇ ਜੇ ਕਿਸਮ ਦੀ ਸਟ्रेस ਦਿਮਾਗ ਤੇ ਆਗੇ ਤੇ ਉੱਥੇ ਵੇਲੇ ਸਟੈਂਡਿੰਗ ਖਤਮ ਹੋ ਜਾਂਦੀ ਆ ਬਲੱਡ ਸਰਕੂਲੇਸ਼ਨ ਇੱਥੇ ਜਾਂਦੀ ਸਟੈਂਡਿੰਗ ਨਾ ਹੋਣ ਦੇ ਸਟੈਂਡਿੰਗ ਕੱਟ ਹੋਣ ਦੇ ਤਿੰਨ ਚਾਰ ਮੇਨ ਕਾਰਨ ਜਿਹੜੇ ਲੱਖਾਂ ਐਪੀਸੋਡ ਤੁਸੀਂ ਦੇਖ ਚੁੱਕੇ ਹੋ ਸਭ ਤੋਂ ਵੱਡਾ ਕਾਰਨ ਸਟ्रेस ਦੂਸਰਾ ਕਾਰਨ ਕਿ ਬਲੱਡ ਸਪਲਾਈ ਉੱਥੇ ਨਹੀਂ ਜਾਂਦੀ ਤੇ ਕਿਉਂ ਨਹੀਂ ਜਾਂਦੀ 90% ਲੋਕ ਸ਼ੂਗਰ ਦੀਆਂ ਬਲੱਡ ਪ੍ਰੈਸ਼ਰ ਦੀਆਂ ਕੋਲੇਸਟ੍ਰੋਲ ਦੀਆਂ ਥਾਇਰਾਇਡ ਦੀਆਂ ਆਰਥਰਾਇਟਸ ਦੀਆਂ ਦਵਾਈਆਂ ਖਾ ਰਹੇ ਜਿੰਨੀਆਂ ਦਵਾਈਆਂ ਤੁਸੀਂ ਉਹ ਖਾ ਰਹੇ ਹੋ ਤੇ ਜਿੰਨੀਆਂ ਇਹ ਬਿਮਾਰੀਆਂ ਦੇ ਮੈਂ ਨਾਂ ਲਿੱਤੇ ਇਹਨਾਂ ਕਰਕੇ ਵੀ ਨਾਂ ਮਰਦਾਨ ਗਈ ਜਾਂਦੀ ਇਹ ਪੱਲੇ ਬੰਨ ਲਓ ਇਹ ਗੱਲ ਮੈਂ ਹਰ ਐਪੀਸੋਡ ਦੇ ਵਿੱਚ ਓਪਨਲੀ ਮੈਡੀਕਲੀ ਕਲੀਅਰਲੀ ਦੱਸ ਚੁੱਕਾ ਕਿ ਦਵਾਈਆਂ ਦੇ ਨਾਮ ਫੇਰ ਰਿਪੀਟ ਕਰ ਦਿਆਂਗਾ ਇਹ ਜਿਹੜੀਆਂ ਅੰਗਰੇਜ਼ੀ ਦਵਾਈਆਂ ਇਹਨਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਨੇ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਂ ਦਿੰਦੀਆਂ ਜਿਦਾਂ ਕਰਕੇ ਸਟੈਂਡਿੰਗ ਪ੍ਰੋਬਲਮ ਆਉਂਦੀ ਆ ਚੰਗਾ ਪਲਾ ਬੰਦਾ ਮਿੱਟੀ ਹੋ ਜਾਂਦਾ ਮੇਰੇ ਹਰ ਪ੍ਰੋਗਰਾਮ 'ਚ ਤੁਸੀਂ ਸੁਣਿਆ ਹੋਣਾ ਕਿ ਆਦਮੀ ਕਦੀ ਬੁੱਢਾ ਨਹੀਂ ਹੁੰਦਾ ਆਦਮੀ ਕਦੀ ਬੁੱਢਾ ਨਹੀਂ ਹੁੰਦਾ ਮਤਲਬ ਹੈ 80 90 ਤੱਕ ਵੀ ਸਾਲ ਤੀ ਬੰਦਾ ਜਵਾਨ ਰਹਿ ਸਕਦਾ ਜਵਾਨ ਦਾ ਮਤਲਬ ਹੈ ਕਿ ఎవਰੀਥਿੰਗ ਇਜ਼ ਇਨ ਦਾ ਬ੍ਰੇਨ सेक्स ਚਾਹੋ ਜਦੋਂ ਮਰਜੀ ਕਰ ਸਕਦੇ ਹੋ ਪਰ ਮੇਰਾ ਇਹ ਨਹੀਂ ਮਤਲਬ ਕਿ ਅਸੀਂ ਤੁਹਾਨੂੰ ਇਹ ਹੀ ਕਹਿੰਨੇ ਵੀ ਸੈਕਸ ਕਰੋ ਪਰ ਜੇ ਜਦੋਂ ਤੁਸੀਂ ਚਾਹੋ ਨਹੀਂ ਕਰ ਸਕਦੇ ਤੇ ਜੇ ਦਵਾਈ ਦੀ ਮਦਦ ਦੀ ਲੋੜ ਹੈ ਤੇ ਸਿਰਫ ਦੁਨੀਆ ਚ ਕਿਤੇ ਵੀ ਮੰਗਾਓ ਤੇ ਆਯੁਰਵੈਦਿਕ ਕਾਰਨ ਕੀ ਅੰਗਰੇਜ਼ੀ ਦਵਾਈ ਜਿਹੜੀ ਵੀ ਸ਼ੁਰੂ ਕਰੋਗੇ ਇੱਕ ਵਾਰੀ ਸ਼ੁਰੂ ਕਰ ਲਈ ਸਾਰੀ ਉਮਰ ਛੱਡੀ ਨਹੀਂ ਜਾਣੀ ਹਰ ਬੰਦੇ ਨੂੰ ਪੁੱਛ ਕੇ ਦੇਖ ਲਓ 슈ਗਰ ਦੀ ਮੈਟਫਾਰਮਿਨ ਜੈਨੋਮੈਟ ਐਕਟੋਸ ਜਨੇਵਿਆ ਅਖੀਰ ਇਨਸੁਲਿਨ ਤੇ ਆ ਜਾਂਦੇ 500 mg ਤੋਂ ਸ਼ੁਰੂ ਕਰਕੇ ਫਿਰ 1 ਦੀ ਬਜਾਏ 2 ਵਾਰੀ ਫਿਰ 800 ਫਿਰ 1000 mg ਦੀ 2 ਵਾਰੀ ਫਿਰ ਇਨਸੂਲਿਨ ਤੇ ਆ ਜਾਣਾ ਇਸੇ ਤਰ੍ਹਾਂ ਹੀ ਬਲੱਡ ਪ੍ਰੈਸ਼ਰ ਦੀ ਲੋਸਨੋਪ੍ਰਿਲ, ਲੋਸਰਟਨ, ਐਮਲੋਡੀਪਿਨ ਖਾਈ ਜਾਣੀ ਹਾਰਟ ਅਟੈਕ, ਬਲੱਡ ਥਿਨਰ, ਹਾਰਟ ਟ੍ਰਾਂਸਪਲੈਂਟ ਕਰਾਇਸ ਸਭ ਦੇ ਕਈ ਵਾਰੀ ਸਟੰਟ ਪਏ ਔਰ ਜਿੰਨੀਆਂ ਬਿਮਾਰੀਆਂ ਨੇ ਬਲੱਡ ਸਰਕੂਲੇਸ਼ਨ ਤੇ ਕੰਟਰੋਲ ਕੀਤਾ ਔਰ ਨਾਲੇ ਦਵਾਈਆਂ ਉੱਥੇ ਬਲੱਡ ਸਰਕੂਲੇਸ਼ਨ ਨਹੀਂ ਜਾਂਦਿੰਦੀਆਂ ਇਸੇ ਤਰ੍ਹਾਂ ਹੀ ਜਿੰਨੀ ਦੁਨੀਆ ਕੋਲੇਸਟ੍ਰੋਲ ਦੀ ਦਵਾਈ ਖਾ ਰਹੀ ਹੈ ਲਿਪੀਟੋਰ ਜ਼ੋਕ ਔਰ ਕ੍ਰਿਸਟੋਰ ਫੀਨੋਫਾਈਬ੍ਰੇਟ ਐਟ੍ਰੋਵਾਸਟੈਟਿਨ ਸਿਮੇਵਾਸਟੈਟਿਨ ਇਹ ਦਵਾਈਆਂ ਵੀ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਂ ਦਿੰਦੀਆਂ ਜਿਹਦੇ ਕਰਕੇ ਮਰੀਜ਼ भोले ਭਾ ਕਿਉਂ ਖਾਂਦੇ ਰਹਿੰਦੇ ਕਿ ਡਾਕਟਰ ਨੇ ਲਿਖਿਆ ਹੁੰਦਾ ਵੀ ਇਹ ਖਾਣੀ ਪੈਣੀ ਹੈ ਡਾਕਟਰ ਨੂੰ ਇੰਸ਼ੋਰੈਂਸ ਕੰਪਨੀਆਂ ਕਾਲ ਕਰਦੀਆਂ ਉਹਨਾਂ ਨੂੰ ਲਿਖਣੀ ਪੈਂਦੀ ਹੈ ਔਰ ਜਿੰਨੀਆਂ ਡਰੱਗ ਕੰਪਨੀਆਂ ਨੇ ਫਾਰਮੇਸਿਊਟੀਕਲ ਕੰਪਨੀਆਂ ਨੇ ਆਪਣ ਆਪਣੀਆਂ ਦਵਾਈਆਂ ਵੇਚਣੀਆਂ ਨੇ ਉਹਨਾਂ ਨੂੰ ਇਹ ਲਿਖਾਣੀ ਪੈਂਦੀ ਹੈ ਬਿਗ ਬਿਜ਼ਨਸ ਹੈ ਭੋਲੇ ਆਪਾ ਮਰੀਜ਼ ਵਿਚਾਰਾ ساری عمر ਖਾਂਦਾ ਖਾਂਦਾ ਆਪਣਾ ਸਰੀਰ ਮਿੱਟੀ ਕਰ ਲੈਂਦਾ ਲਿਵਰ ਖਰਾਬ ਹੋ ਗਿਆ ਫੈਟ ਲਿਵਰ ਹੋ ਗਿਆ ਕਿਡਨੀ ਡੈਮੇਜ ਹੋ ਗਈ 슈ਗਰ ਕਰਕੇ ਕਿਡਨੀ ਖਰਾਬ ਹੋਣੀ ਤੇ 슈ਗਰ ਦੀਆਂ ਦਵਾਈਆਂ ਕਰਕੇ ਕਿਡਨੀ ਖਰਾਬ ਹੋਣੀ ਔਰ ਉਹਨਾਂ ਦਵਾਈਆਂ ਨੇ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਂਦਿੰਦੀਆਂ ਮਰਦਾਨਾ ਤੱਕ ਇਹ ਕਮਜ਼ੋਰੀ ਦਾ ਇੱਕ ਕਾਰਨ ਸਟ੍ਰੈਸ ਦੂਸਰਾ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਤੇ ਇਹਨਾਂ ਦੀਆਂ ਦਵਾਈਆਂ ਫਿਰ ਮੋਟਾਪਾ ਕਈ ਵਾਰੀ ਲੌਂਗ ਸਿਟਿੰਗ ਲੌਂਗ ਡਰਾਈਵਿੰਗ ਕੰਟੀਨਿਊਸਲੀ ਟਰੱਕ ਡਰਾਈਵਰਸ ਲਗਾਤਾਰ ਕਈ ਕਿ ਘੰਟੇ ਬੈਠਣਾ ਪੈਂਦਾ ਉਹਦੇ ਨਾਲ ਵੀ ਇਹ ਕਾਰਨ ਬਣ ਜਾਂਦਾ ਉਹੀ ਬੰਦੇ ਪਹਿਲਾਂ ਕੰਸਟਰਕਸ਼ਨ ਦਾ ਕੰਮ ਕਰਦੇ ਬਿਲਕੁਲ ਘੋੜੇ ਵਾਂਗ ਜਵਾਨ ਹੁੰਦੇ ਆ ਕਹਿੰਦੇ ਸੀ ਅਸੀਂ ਜੇ ਇੱਕ ਇੱਕ ਦਿਨ ਚ ਦੋ ਦੋ ਤਿੰਨ ਤਿੰਨ ਵਾਰੀ ਕਰ ਲਈਦਾ ਸੈਕਸ ਉਹੀ ਬੰਦੇ ਬਾਅਦ ਚ ਕਹਿੰਦੇ ਜੀ ਹੁਣ ਹਫਤਾ 15 ਦਿਨ ਮਹੀਨਾ ਵੀ ਚਾਹੀਏ ਤੇ ਸਟੈਂਡਿੰਗ ਨਹੀਂ ਹੁੰਦੀ ਮੈਨੂੰ ਪੰਜਾਬੀ ਬੋਲਣੀ ਪੈਂਦੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਅੱਛੀ ਲੱਗਦੀ ਆ ਆਦਰਵਾਇਜ਼ ਇੰਗਲਿਸ਼ ਦੇ ਵਿੱਚ ਮੈਂ ਕਿੰਨੇ ਕਲੀਅਰਲੀ ਕਿਹਾ ਕਿ ਥੀਸ ਮੈਡੀਸਨਸ ਡੋਨਟ ਲੈਟ ਦਾ ਬਲੱਡ ਸਪਲਾਈ ਗੋ ਟੂ ਕਾਰਪੂਰਾ ਕੈਵਰਨੋਸਾ ਐਂਡ ਕਾਰਪੂਰਾ ਸਪੰਜੀਓਸਾ ਦੋਜ਼ ਆਰ ਦਾ ਪੈਨਾਈਲ ਟਿਸ਼ੂਜ਼ ਵੇਅਰ ਦਾ ਬਲੱਡ ਸਪਲਾਈ ਇਜ਼ ਨੀਡਡ ਫਾਰ ਇਰੈਕਸ਼ਨ ਪੰਜਾਬੀ ਚ ਉਹੀ ਮਤਲਬ ਜਿਹੜਾ ਪੰਜਾਬੀ ਚ ਪਹਿਲਾਂ ਦੱਸਿਆ ਕਿ ਇਹ ਦਵਾਈਆਂ ਉੱਥੇ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦਿੰਦੀਆਂ ਜਿਹਦੇ ਕਰਕੇ ਸਟੈਂਡਿੰਗ ਪਾਵਰ ਨਹੀਂ ਰਹਿੰਦੀ ਦੂਸਰਾ ਉਹ ਦੁਨੀਆ ਹਸਤ ਮੈਥਨ ਕਰਕੇ ਆਪਣੇ ਆਪ ਨੂੰ ਕਮਜ਼ੋਰ ਕਰ ਲੈਂਦੀ ਤੀਸਰਾ ਨਸ਼ਿਆਂ ਨਾਲ ਨਸ਼ਾ ਕੋਈ ਵੀ ਭਾਵੇਂ ਤੁਸੀਂ ਚਰਸ ਗਾਂਜਾ ਫੇਮ ਸ਼ਰਾਬ ਇਹ ਚੀਜ਼ਾਂ ਵੀ ਸੈਕਸੁਅਲ ਇੰਪੋਰਟੈਂਟ ਕਰਦੀਆਂ ਪੰਜਾਬੀ ਵਿੱਚ ਇਹਨਾਂ ਨੂੰ ਕਹਦੇ ਹੋ ਨਾਮਰਦਾਨਗੀ ਇੰਗਲਿਸ਼ ਕਹਦੇ ਹੋ ਇੰਪੋਟੈਂਸੀ ਫਰਜਿਲਿਟੀ ਸਟਰਿਲਟੀ ਔਰ ਫਿਰ ਕਈਆਂ ਦੇ ਔਲਾਦ ਨਹੀਂ ਹੁੰਦੀ ਸਾਰੇ ਇਲਾਜ ਕਰਾ ਲੈ ਟੈਸਟ ਕਰਾ ਲੈ ਕਈ ਵਾਰੀ ਇਨਸੈਮੀਨੇਸ਼ਨ ਕਰਾਉਂਦੇ ਆ ਇੰਡੀਆ ਜਾ ਕੇ ਵੀ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਕਰਾਉਂਦੇ ਜਿਹੜਾ ਕਦੇ ਵੀ ਕਰਾਣਾ ਨਹੀਂ ਚਾਹੁੰਦਾ ਤੁਹਾਨੂੰ ਇਹ ਨਹੀਂ ਪਤਾ ਕਿ ਕਈ ਵਾਰੀ ਕਿਦਾ ਸੀਮਨ ਕਿਸ ਤਰ੍ਹਾਂ ਦੀ ਬਿਮਾਰੀ ਗਰੀਬ ਬੰਦੇ ਅੱਜਕੱਲ ਸਿਰਫ ਕਿਉਂਕਿ ਉਹਨਾਂ ਨੂੰ ਪੈਸੇ ਮਿਲਦੇ ਆ ਸੀਮਨ ਬੈਂਕ ਦੇ ਵਿੱਚ ਆਪਣਾ ਸੀਮਨ ਜਮਾ ਕਰਾਉਂਦੇ ਆ ਔਰ ਉਹ ਪਤਾ ਨਹੀਂ ਕਿੰਨੋ ਕਿੰਨੀ ਬਿਮਾਰੀ ਹੈ ਭਈਏ ਜਿਹੜੇ ਵਿਚਾਰੇ ਕਈ ਵਾਰੀ ਕਈ ਨੀ ਤਰ੍ਹਾਂ ਦੇ ਉਹਨਾਂ ਨੂੰ ਇਨਫੈਕਸ਼ਨਸ ਡਿਜ਼ੀਜ਼ਸ ਆ ਆਈ ਮੀਨ ਟੂ ਸੇ ਇੱਕ ਚਾਂਸ ਲੈਣਾ ਚਾਹੀਦਾ ਜੋ ਕੁਦਰਤ ਨੇ ਤੁਹਾਡੇ ਅੰਦਰ ਸ਼ਰੀਰ ਦਿੱਤਾ ਜਿਹਦੇ ਲਈ ਤੁਹਾਨੂੰ ਦਵਾਈਆਂ ਦੇ ਵੀ ਲੋੜ ਨਹੀਂ ਪੈਂਦੀ ਸੱਚ ਪੁੱਛੋ ਤੇ ਤੁਹਾਡੇ ਆਪਣੇ ਹੱਥੀ ਮਰਦਾਨਾ ਤਾਕਤ ਨੂੰ ਕੈਮ ਰੱਖਣਾ ਸਟ੍ਰੈਸ ਤੋਂ ਦੂਰ ਰਹੋ ਅੰਗਰੇਜ਼ੀ ਦਵਾਈਆਂ ਤੋਂ ਦੂਰ ਰਹੋ ਐਕਸਰਸਾਈਜ਼ ਕਰੋ ਵਰਜਸ਼ ਕਰੋ ਕਿੰਨੇ ਤੁਸੀਂ ਸ਼ੇਕ ਆਪ ਬਣਾ ਸਕਦੇ ਹੋ ਕਿੰਨੇ ਅਸੀਂ ਤੁਹਾਨੂੰ ਜੂਸਿਸ ਦੱਸੇ ਕਿੰਨੀਆਂ ਰੈਮਨਿਸ ਦਸੀਆਂ ਭਾਵੇਂ ਤੁਸੀਂ ਕੀਹੇ ਦਾ ਰਹਤਾ ਪੀਓ ਫੈਟੀ ਲਿਵਰ ਠੀਕ ਕਰੋ ਭਾਵੇਂ ਤੁਸੀਂ ਬਲੱਡ ਪ੍ਰੈਸ਼ਰ ਲਈ ਨਮਕ ਕਿਉਂ ਦਾ ਪ੍ਰੇਜ਼ ਰੱਖੋ ਤਲੇ ਮਲੇ ਬੰਦ ਰੱਖੋ ਫਿਸ਼ ਖਾ ਸਕਦੇ ਹੋ ਜਿਹੜੇ ਨਾਨ ਵੈਜ ਹੈ ਉਹਨਾਂ ਨੂੰ ਕਹੀਦਾ ਚਲੋ ਫਿਸ਼ ਕਿਉਂਕਿ ਮੀਗਾ 3 ਮੀਗਾ 6 ਮੀਗਾ 9 ਹੁੰਦਾ ਕੋਲੇਸਟ੍ਰੋਲ ਘਟਾਉਂਦੀ ਕੋਲੇਸਟ੍ਰੋਲ ਇੱਕ ਐਸੀ ਚੀਜ਼ ਹੈ ਜਿੰਨੇ ਹਾਰਟ ਬਲੌਕ ਕਰਨਾ ਹੈ ਕੋਲੇਸਟ੍ਰੋਲ ਇੱਕ ਐਸੀ ਚੀਜ਼ ਹੈ ਜਿੰਨੇ ਬਲੱਡ ਸਪਲਾਈ ਨਹੀਂ ਜਾਂਦੇ ਨਹੀਂ ਕੋਲੇਸਟ੍ਰੋਲੀਆ ਜਿੰਨੇ ਬ੍ਰੇਨ ਸਟ੍ਰੋਕ ਕਰਨਾ ਛੋਟਾ ਜਿਹਾ ਕੋਲੇਸਟ੍ਰੋਲ ਦਾ ਸੈੱਲ ਕਿਸੇ ਵੀ ਖੂਨ ਦੀ ਨਾੜੀ ਚ ਚੈਨਲ ਨੂੰ ਬਲੌਕ ਕਰਤਾ ਪ੍ਰੋਬਲਮ ਛੋਟੀ ਜੀ ਕਿੰਨੀ ਵੱਡੀ ਬਣ ਜਾਂਦੀ ਹੈ ਹਾਰਟ ਅਟੈਕ ਹੋ ਜਾਂਦੇ ਆ ਸੈਰੀਬਰਲ ਸਟ੍ਰੋਕ ਹੋ ਜਾਂਦੇ ਆ ਬੇਹੋਸ਼ੀ ਹੋ ਜਾਂਦੀ ਹੈ ਬ੍ਰੇਨ ਦੇ ਵਿੱਚ ਕਿਤੇ ਪ੍ਰੋਬਲਮ ਆ ਗਈ ਤੇ ਮੈਮਰੀ ਲਾਸ ਹੋ ਜਾਂਦਾ ਔਰ ਤੁਸੀਂ ਨੋਟ ਕੀਤਾ ਜਿੰਨੀਆਂ ਦੇਸੀ ਦਵਾਈਆਂ ਪਾਵੇਂ ਅਸੀਂ ਤੁਹਾਨੂੰ ਬਲੱਡ ਪ੍ਰੈਸ਼ਰ ਲਈ ਦਈਏ ਪਾਵੇਂ ਸ਼ੂਗਰ ਲਈ ਪਾਵੇਂ ਕੋਲੇਸਟ੍ਰੋਲ ਲਈ ਪਾਵੇਂ ਬ੍ਰੇਨ ਡਿਸਆਰਡਰ ਲਈ ਪਾਵੇਂ ਮੈਮਰੀ ਲਈ ਪਾਵੇਂ ਕਿਸੇ ਬਿਮਾਰੀ ਲਈ ਦਈਏ ਨਾਲ ਮਰਦਾਨਾ ਤਾਕਤ ਉਹ ਕੁਦਰਤੀ ਫਾਇਦਾ ਹੋ ਰਿਹਾ ਹੁੰਦਾ ਜਿੰਨੀਆਂ ਦਵਾਈਆਂ ਮੈਮਰੀ ਦੇ ਵਿੱਚ ਦੇਖੋ ਪਾਵੇਂ ਕੌਂਚ ਬੀਜ ਆਗੇ ਬ੍ਰਹਮੀ ਸ਼ੰਘ ਪੁਸ਼ਪ ਜਟਾਮਨਸੀ ਜੋਤਸ਼ਮਤੀ ਅਸ਼ਵਗੰਧਾ ਕੌਂਚ ਬੀਜ ਪੁਨਰਨਵਾ ਗੋਖਸ਼ੁਰ ਸਾਲਮੇਸ਼ਰੀ ਸਾਲਮ ਪੰਜਾ ਸ਼ਤਾਵਰ ਅਸ਼ਗੰਧ ਮੂਸਲੀ ਸਫੈਦ ਕਾਲੀ ਮੂਸਲੀ ਸ਼ਲਾਜੀਤ ਇਹ ਚੀਜ਼ਾਂ ਕਿੱਥੇ ਮਿਲਦੀਆਂ ਪਿਓਰ ਚੀਜ਼ਾਂ ਪਿਓਰ ਮਿਲਣ ਤੇ ਸਰੀਰ ਵੀ ਨਰੋਇਆ ਤਾਈਆਂ ਜਿਹੜਾ ਚੰਗਾ ਭਲਾ ਬੁੱਢਾ ਜਵਾਨ ਹੋ ਜਾਂਦਾ ਇਹ ਚੀਜ਼ਾਂ ਵੈਸੇ ਹੀ ਖਾਂਦਾ ਰਹਿੰਦਾ ਬੰਦਾ ਟਾਈਮ ਵੀ ਜਿੰਨਾ ਮਰਜੀ ਲਾ ਲਓ ਕਿਉਂਕਿ ਐਫ ਫਰੋਡਾਇ 6 ਆਯੁਰਵੈਦਿਕ ਫਾਰਮੂਲਸ ਨਾਟ ਓਨਲੀ ਇਨਕਰੀਸ ਦਾ ਬਲੱਡ ਸਪਲਾਈ ਟੂ ਦਾ ਪ੍ਰਾਈਲ ਆਰਗਨ ਆਲਸੋ ਹੈਲਪਸ ਯੂ ਟੂ ਪਰਫਾਰਮ ਯਰ ਸੈਕਸੂਅਲ ਗੇਮ ਐਜ਼ ਮੱਚ ਐਜ਼ ਯੂ ਵਾਂਟ ਜਿੰਨਾ ਮਰਜੀ ਟਾਈਮ ਲਾ ਸਕਦੇ ਹੋ ਦੁਨੀਆ ਮੈਨੂੰ ਕਹਿੰਦੇ ਤਿੰਨ ਤਿੰਨ ਮਹੀਨੇ 6 6 ਮਹੀਨੇ ਜੇ ਦੇਲ ਨਹੀਂ ਕਰਦਾ ਸੈਕਸ ਕਰਨ ਨੂੰ ਮੈਂ ਹੈਰਾਨ ਹੋ ਜਿੰਨਾ ਅਸੀਂ ਦਵਾਈ ਭੇਜੀ ਦੀ ਹੈ ਉਹ ਹੀ ਬੰਦੇ ਹਫਤੇ 'ਚ ਇੱਕ ਵਾਰੀ ਸੈਕਸ ਕਰ ਰਹੇ ਆਪਣੀ ਫੈਮਿਲੀ ਇੰਜੋਏ ਕਰ ਰਹੀ ਹੈ ਤੁਸੀਂ ਬੁਆਏਫਰੈਂਡ ਗਰਲਫਰੈਂਡ ਹਸਬੈਂਡ ਵਾਈਫ ਇੰਜੋਏ ਕਰਦੇ ਹੋ ਦੇਵੀ ਦੇਵਤੇ ਵੀ ਪਰਸਾਨ ਨੇ ਤੇ ਤੁਹਾਡੀਆਂ ਬਲੇਸਿੰਗਸ ਮੈਨੂੰ ਵੀ ਲੱਗਦੀਆਂ ਪਿਆਰੇ ਦਰਸ਼ਕੋ ਸਾਰੇ ਸੁਣਨ ਵਾਲੇ ਇੱਕ ਚੀਜ਼ ਨੋਟ ਕਰ ਲੈਣਾ ਦੁਨੀਆ 'ਚ ਦਵਾਈ ਕਿਤੋਂ ਵੀ ਮੰਗਾਓ ਖਾਓ ਤੇ ਆਯੁਰਵੈਦਿਕ ਲੇਕਿਨ ਪਿਓਰ 4 ਪੈਸੇ ਖਰਚ ਕੇ ਜੇ ਤੁਹਾਡੀ ਜਵਾਨੀ ਵਾਪਸ ਆ ਜਾਂਦੀ ਹੈ ਤੇ ਨੰਬਰ ਮੇਰੇ ਸਕਰੀਨ ਤੇ ਲਗਾਤਾਰ ਫਲੈਸ਼ ਕਰ ਰਿਹਾ ਕਾਲ ਕਰਕੇ ਮੈਨੂੰ ਦੱਸੋ ਔਰ ਮੈਂ ਇੱਕ ਗੱਲ ਫੇਰ ਰਿਪੀਟ ਕਰਦਾ ਜੇ ਮਰਦਾਨਾਂ ਤੱਕ ਦੀ ਦਵਾਈ ਮੰਗਾਣੀ ਹੈ ਜੇ ਤੁਹਾਨੂੰ ਦੀ ਲੋੜ ਹੈ ਤਾਂ ਤੇ ਫਿਰ ਅਸੀਂ ਕੋਸ਼ਿਸ਼ ਕਰੀਦੀ ਹੈ ਲੈਟ ਮੀ ਟ੍ਰੀਟ ਵਨ ਐਟ ਅ ਟਾਈਮ ਜੇ 슈ਗਰ ਬਲੱਡ ਪ੍ਰੈਸ਼ਰ ਕੋਲੇਸਟੇਰੋਲ ਹੈ ਤੇ ਫਿਰ ਹਮੇਸ਼ਾ ਇੰਪੋਰਟੈਂਸੀ ਤੇ ਆਈ ਹੈ ਫਿਰ ਤੁਸੀਂ ਕਿੰਨੇ ਵੀ ਮੈਨੂੰ ਉਧਰ ਫਾਇਦਾ ਨਹੀਂ ਪਹਿਲਾਂ ਉਹਦਾ ਫਾਇਦਾ ਅਸੀਂ ਜਲਦੀ ਦਿਖਾ ਦੇਣਾ 1 ਮਹੀਨੇ ਦੀ ਦਵਾਈ ਦਈਏ ਹਫਤੇ ਚ ਰਿਜ਼ਲਟ ਮਿਲ ਜੇ ਇਹ ਤੋਂ ਜ਼ਿਆਦਾ ਕੋਈ ਨਹੀਂ ਕੁਝ ਕਰ ਸਕਦਾ ਦਵਾਈ ਦਾ ਸ਼ਰਤੀਆ ਇਲਾਜ ਹੈ ਮਰਦਾਨਾ ਕਮਜ਼ੋਰੀ ਹੋਵੇ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਡਿਪੈਂਡ ਕਰਦਾ ਕਿ ਵੀਰਜ ਕਿੰਨਾ ਪਤਲਾ ਸਪਰਮ ਕਾਊਂਟ ਕਿੰਨੀ ਟੈਸਟੋਸਟੀਰੋਨ ਲੈਵਲ ਕਿੰਨਾ ਫਰਕ ਪੈ ਗਿਆ 75 ਤੋਂ 150 ਮਿਲੀਅਨ ਪਰ ਕਯੂਬਿਕ ਸੈਂਟੀਮੀਟਰ ਪੁਰਸ਼ ਦੇ ਬੀਜ ਹੁੰਦੇ ਇੱਕ ਛੋਟੇ ਜੇ ਸੀਮਨ ਦੇ ਇੱਕ ਡ੍ਰੌਪ ਦੇ ਵਿੱਚ ਹਿਸਾਬ ਲਾ ਲਓ 150 ਮਿਲੀਅਨ ਸਪਰਮ ਹੁੰਦੇ ਜਿਨ੍ਹਾਂ ਚੋਂ ਇੱਕ ਸਪਰਮ ਨੇ ਅੱਗੇ ਜਾ ਕੇ ਬੱਚਾ ਪੈਦਾ ਕਰਨਾ ਉਹ ਪ੍ਰੋਸ ਦਾ ਬੀਜ ਹੈ ਜਿਹੜਾ ਔਰਤ ਜਦੋਂ ఓਵਰੀਜ਼ ਆਂਡਾ ਛੱਡਦੀ ਹੈ ਤੇ ਜਾ ਕੇ ਫਰਟੀਲਾਈਜੇਸ਼ਨ ਹੁੰਦੀ ਤੇ ਔਲਾਦ ਹੁੰਦੀ। ਕਈ ਵਾਰੀ ਲੇਡੀਜ਼ ਦੇ ਵਿੱਚ ਨੁਕਸ ਹੋਵੇ ਅਸੀਂ ਕਹਿੰਨੇ ਠੀਕ ਹੈ ਤੁਸੀਂ ਆਪਣੇ ਗਾਇਨਕੋਲੋਜਿਸਟ ਨੂੰ ਦਿਖਾਓ। ਜੇ ਤੁਹਾਡੇ ਅੱਛਾ ਅਸੀਂ ਲੇਡੀਜ਼ ਦਾ ਵੀ ਟ੍ਰੀਟਮੈਂਟ ਕਰਦੇ ਹਾਂ। ఓਵਰੀਸ ਪ੍ਰੋਬਲਮ ਹੋਵੇ। ఓਵਰੀਅਨ ਹਾਰਮੋਨਸ ਘਟੋ ਜਿੱਦਾ ਆਦਮੀਆਂ 'ਚ ਟੈਸਟੋਸਟੀਰੋਨ ਲੈਵਲ ਘਟ ਹੁੰਦਾ ਲੇਡੀਜ਼ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਓエストਰੋਜਨ ਲੈਵਲ ਘਟ ਹੁੰਦਾ। ਔਰਤਾਂ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਮੈਂਸਿਸ ਪ੍ਰੋਬਲਮ। ਜਾਂ ਕਈ ਵਾਰੀ ఓਵਰੀਜ਼ ਪ੍ਰੋਬਲਮ ਇੱਥੇ ਤੱਕ ਕੇ ਕਈ ਵਾਰੀ ਗ੍ਰੰਥੀਆਂ ਜਿਹੜੀਆਂ ਉੱਥੇ ਜਾ ਕੇ ਕੈਂਸਰ ਤੱਕ ਦਾ ਇਲਾਜ ਵੀ ਹੈਗਾ ਜੇ ਆਯੁਰਵੈਦਿਕ ਦੇ ਵਿੱਚ ਮੀਨੋਪਾਸ ਪ੍ਰੋਬਲਮ ਹੋਵੇ ఓਵਰੀਜ਼ ਕੇਸੇ ਕੇਸ ਦੀ ਪ੍ਰੋਬਲਮ ਹੋਵੇ ਅੱਛਾ ਜਦੋਂ ਹਸਬੰਡ ਵਾਈਫ ਟੈਸਟ ਕਰਾਂਦੇ ਜੇ ਔਲਾਦ ਨਹੀਂ ਹੁੰਦੀ ਤੇ ਜੇ ਔਰਤਾਂ ਮੋਸਟਲੀ ਠੀਕ ਹੀ ਹੁੰਦੀਆਂ ਤੇ ਪ੍ਰੋਬਲਮ ਆਉਂਦੀ ਆਦਮੀਆਂ ਦੇ ਵਿੱਚ ਵੀਰ ਜੀ ਪਤਲਾ ਹੁੰਦਾ ਹੈ ਸਪਰਮ ਕਾਊਂਟ ਘਟੂਂਦੀ ਅਸੀਂ ਉਹ ਕੇਸਿਸ ਕੀਤੇ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਏਜ ਉਸਪਰਮੀਆ ਉਦਾ ਮਤਲਬ ਹੈ ਕਿ ਪੁਰਸ਼ ਦੇ ਵੀਰੇਜ ਦੇ ਵਿੱਚ ਪੁਰਸ਼ ਦਾ ਸੈਲੀ ਹੈ ਨਹੀਂ ਸਪਰਮ ਹੀ ਹੈ ਨਹੀਂ ਜੇ ਸਪਰਮ ਨਹੀਂ ਤੇ ਔਲਾਦ ਕਿੱਥੋਂ ਆਏਗੀ ਜੇ ਸਪਰਮਸ ਨੂੰ ਵਿਧਾਨ ਲਈ ਸਪਰਮ ਦੀ ਤਾਕਤ ਵਧਾਨ ਲਈ ਸਪਰਮ ਜੀ ਡੈਨਸਟੀ ਸੀਮਨ ਡੈਨਸਟੀ ਸਪਰਮ ਮੋਟਿਲਿਟੀ ਸਪਰਮ ਕਾਊਂਟ ਵਧਾਨ ਦੀ ਦਵਾਈ ਹੈ ਤੇ ਸਿਰਫ ਆਯੁਰਵੈਦਿਕ ਇਹ ਆਯੁਰਵੈਦਿਕ ਨੁਕਸੇ ਤੁਸੀਂ ਕਿਸੇ ਉਮਰ 'ਚ ਵੀ ਖਾ ਸਕਦੇ ਹੋ ਇਹਨੂੰ ਸਿਰਫ ਇਹ ਸੋਚੋ ਕਿ ਜਵਾਨੀ ਨੇ ਕੱਲੀ ਮਰਦਾਨਾ ਤਾਕਤ ਵੀ ਜਸਮਾਨਾ ਤਾਕਤ ਵੀ ਭਾਮੇਸ਼ਬ ਗੰਦਾਈ ਹੈ ਹੈ ਇਹਨੂੰ ਕਹਿੰਦੇ ਇੰਡੀਅਨ ਜਿੰਸੈਂਗ ਬ੍ਰੇਨ ਲਈ ਵੀ ਠੀਕ ਮੈਮਰੀ ਲਈ ਵੀ ਠੀਕ ਜਿਹੜੇ ਤੁਹਾਨੂੰ ਫਾਰਮੂਲੇ ਸਾਡੇ ਕੋਲ ਮਿਲਦੇ ਉਹਨਾਂ 'ਚ ਅਸੀਂ ਦੇਖਣਾ ਹਾਂ ਪ੍ਰੋਬਲਮ ਉੱਥੇ ਆਂਦੀ ਹੈ ਕਿ ਬਹੁਤੀ ਦੁਨੀਆ ਨੂੰ ਜਦੋਂ ਇੰਪੋਰਟੈਂਸੀ ਜਾਂ ਨਾਂ ਮਰਦਾਨੀ ਦੀ ਜਾਂ ਸਟੈਂਡਿੰਗ ਪ੍ਰੋਬਲਮ ਹੁੰਦੀ ਹੈ 100 'ਚ ਤੁਸੀਂ ਸਮਝੋ 75% ਲੋਕਾਂ ਨੂੰ ਆਲਰੇਡੀ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਔਰ ਉਹ ਬਲੱਡ ਪ੍ਰੈਸ਼ਰ ਦੀ ਦਵਾਈ ਖਾਂ ਰਹੇ ਨੇ ਜਿਹੜਾ ਮੈਂ ਸਟਾਰਟ ਕੀ ਦੱਸਿਆ ਕਿ ਬਲੱਡ ਪ੍ਰੈਸ਼ਰ ਕਰਕੇ ਵੀ ਤੇ ਬਲੱਡ ਪ੍ਰੈਸ਼ਰ ਦੀ ਗਰੇਜ਼ੀ ਦਵਾਈ ਕਰਕੇ ਵੀ ਨਾ ਮਰਦਣਗੇ ਆਉਂਦੇ ਔਰ ਅਸੀਂ ਉਹਦੇ ਚ ਫਾਰਮੂਲਾ ਡਿਫਰੈਂਟ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਠੀਕ ਹੈ ਬਿਲਕੁਲ ਹੀ ਬਲੱਡ ਪ੍ਰੈਸ਼ਰ ਜ਼ਿਆਦਾ ਨਹੀਂ ਹੈਗਾ ਬਲੱਡ ਪ੍ਰੈਸ਼ਰ ਦੀ ਕੋਈ ਦਵਾਈ ਨਹੀਂ ਖਾਂਦੇ ਉਹਨਾਂ ਨੂੰ ਅਸੀਂ ਡਿਫਰੈਂਟ ਫਾਰਮੂਲਾ ਦੇਣਾ ਉਹ ਨੋ ਨੋ ਜਿਹਦੇ ਨਰਮ ਜੀ ਸਟਰੋਂਗ ਦੇ ਸਕਦੇ ਆ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਜਿਆਦਾ ਸੀ ਇਹ ਵੀ ਦੇਖਣਾ ਕਿ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਾ ਹੋਵੇ ਹਾਰਟ ਦੀ ਪ੍ਰੋਬਲਮ ਨਾ ਹੋਵੇ ਹਾਰਟ ਸਟ੍ਰੋਕ ਦੀ ਪ੍ਰੋਬਲਮ ਨਾ ਹੋਵੇ ਉਹਦੇ ਲਈ ਫਾਰਮੂਲਾ ਡਿਫਰੈਂਟ ਉਹ ਆਯੁਰਵੈਦਿਕ ਫਾਰਮੂਲੇ ਜਿਨ੍ਹਾਂ ਦੇ ਮੈਂ ਨਾਮ ਲیتے ਜੇ ਮੈਂ ਕੌਂਚ ਗੁਜ ਦੇ ਰਿਹਾ ਟਰਿਬਲੋ ਸਟ੍ਰੈਸ ਦੇ ਰਿਹਾ ਵਿਦੋਨੀ ਜਾਂ ਸੋਮਨੀ ਫੈਰਾ ਦੇ ਰਿਹਾ ਥੀਜ਼ ਆਰ ਐਫਰੋਡਾਈਸਿਕਸ ਥੀਜ਼ ਆਰ ਐਂਟੀ ਹਾਈਪਰਟੈਂਸਿਵ ਐਂਡ ਸੈਕਸ਼ੂਅਲ ਟੋਨਿਕਸ ਪੰਜਾਬੀ ਚ ਉਹਦਾ ਮਤਲਬ ਹੈ ਕਿ ਜਿੰਨੀਆਂ ਇਹ ਦਵਾਈਆਂ ਆਯੁਰਵੈਦਿਕ ਨੇ ਬਲੱ ਵੀਰੇ ਇਹ ਨਵਿਗਾੜਾ ਕਰ ਰਹੀਆਂ ਨੇ ਸਟੈਂਡਿੰਗ ਪ੍ਰੋਬਲਮ ਨੂੰ ਠੀਕ ਕਰ ਰਹੀਆਂ ਸਾਡੇ ਕੋਲ ਇਹੋ ਜੇ ਨੁਸਖੇ ਨਾਲੇ ਸਟੈਂਡਿੰਗ ਪ੍ਰੋਬਲਮ ਬਲ ਫਾਇਦਾ ਨਾਲੇ ਟਾਈਮ ਲਾਂਦੇ ਉਧਰ ਵੀ ਜਿੰਨਾ ਮਰਜੀ ਤੁਸੀਂ ਟਾਈਮ ਲਾ ਸਕਦੇ ਹੋ ਇਹ ਤਾਂ ਸਿੱਧੀ ਪੰਜਾਬੀ ਚ ਗੱਲ ਹੈ ਕਿ ਜਿੰਨਾ ਗੁੜ ਪਾਓਗੇ ਓਨਾ ਹੀ ਮਿੱਠਾ ਹੋਣਾ ਕਹਿਣ ਦਾ ਮਤਲਬ ਇਹ ਹੈ ਕਿ ਆਯੁਰਵੈਦਿਕ ਚ ਪਿਓਰ ਚੀਜ਼ਾਂ ਤੁਹਾਨੂੰ ਮਿਲਦੀਆਂ ਘਰ ਬੈਠੇ ਮੇਰੇ ਨੰਬਰ ਸਕਰੀਨ ਤੇ ਆ ਰਹੇ ਸਿਰਫ ਤੁਸੀਂ ਕਾਲ ਕਰਕੇ ਇਨਾ ਹੀ ਦੱਸਣਾ ਜੀ ਇੰਪੋਰਟੈਂਸੀ ਹੈ ਨਾ ਮਰਦਾਨਗੀ ਹੈ ਜਾਂ ਔਲਾਦ ਨਹੀਂ ਹੁੰਦੀ ਜਾਂ ਤਾਤ ਦੀ ਪ੍ਰੋਬਲਮ ਹੈ ਕਈਆਂ ਨੂੰ ਪਿਸ਼ਾਬ ਦੇ ਨਾਲ ਵੀ ਸੀਮਨ ਨਿਕਲਣ ਲੱਗ ਜਾਂਦਾ ਜਦੋਂ ਪਿਸ਼ਾਬ ਕਰਦੇ ਆ ਜ਼ੋਰ ਲਾਂਦੇ ਅਤੇ ਟਿਪਕਾ ਟਿਪਕਾ ਡਿੱਗਦਾ ਲੇਸ ਲੇਸਾਂ ਦੀ ਉਹਦਾ ਮਤਲਬ ਹੈ ਤਾਤ ਪੈਂਦੀ ਹੈ ਹੁੰਦਾ ਉਹ ਵੀ ਸੀਮਨ ਹੈ ਉਹਨੂੰ ਅਸੀਂ ਕਹਿੰਦੇ ਸਪਰਮੈਥੋਰੀਆ ਸਪਰਮੈਥੋਰੀਆ ਦਾ ਮਤਲਬ ਹੈ ਕਿ ਪਿਸ਼ਾਬ ਦੇ ਵਿੱਚ ਵੀ ਸਪਰਮਸ ਨਿਕਲ ਜਾਂਦੇ ਔਰ ਉਹਦੇ ਨਾਲ ਵੀ ਹੌਲੀ ਹੌਲੀ ਵੀਰੇ ਪਤਲਾ ਹੋਣ ਕਰਕੇ ਨਾਮਰਦਾਨਗੀ ਆ ਜਾਂਦੀ ਔਰ ਜਿੰਨੀਆਂ ਦਵਾਈਆਂ ਆਯੁਰਵੈਦਿਕ ਦੀਆਂ ਬਣੀਆਂ ਸਿਰਫ ਅਸੀਂ ਸੱਚ ਦੱਸੀਏ ਤੇ ਉਹ ਨੁਸਖੇ ਕਈ ਵਾਰੀ ਬਣਾਣੇ ਇੰਨੇ ਮੁਸ਼ਕਲ ਆ ਜਿਹੜਾ ਮੈਂ ਟੀਵੀ ਤੇ ਨਹੀਂ ਦੱਸ ਸਕਦੇ ਜੇ ਉਹ ਪਿਓਰ ਚੀਜ਼ਾਂ ਕੋਈ ਖਾਂਦਾ ਹੋਵੇ ਤੇ ਉਹਨੂੰ ਕਹਿੰਦੇ ਔਜਸਵੀ ਪੁਰਸ਼ ਔਜਸਵੀ ਪੁਰਸ਼ ਦਾ ਮਤਲਬ ਹੈ ਜਿੰਨੀ ਮਰਜ਼ੀ ਉਮਰ ਹੋ ਜਾਏ ਹੀ ਕੈਨ ਡੂ ਦਾ ਸੈਕਸ ਵੈਨ ਏਵਰੀ ਵਾਂਟਸ ਐਸ ਮੈਨੀ ਟਾਈਮਸ ਐਸ ਹੀ ਵਾਂਟਸ ਐਂਡ ਐਸ ਮੱਚ ਐਸ ਹੀ ਵਾਂਟਸ ਮਤਲਬ ਜਿੰਨਾ ਮਰਜ਼ੀ ਟਾਈਮ ਲਾ ਸਕਦਾ ਟਾਈਮ ਲਾਣਾ ਤੁਹਾਡੇ ਆਪਣੇ ਹੱਥ ਹੁੰਦਾ ਕੁਝ ਨੁਸਖੇ ਇਹ ਹੋ ਜੇ ਨੇ ਜਿਨ੍ਹਾਂ ਦੇ ਵਿੱਚ ਯੂ ਕੈਨ ਪ੍ਰਲੌਂਗ ਦਾ ਇਜੈਕੂਲੇਟਰੀ ਪੀਰੀਅਡ ਐਸ ਵੈਲ ਡਿਪੈਂਡਿੰਗ ਅਪਨ ਦਾ ਫਾਰਮੂਲਾ ਯੂ ਆਰ ਗੈਟਿੰਗ ਸੋ ਯੂ ਆਰ ਐਡਵਾਈਸਡ ਟੂ ਟੇਕ ਥੀਸ ਫਾਰਮੂਲਾਸ ਇਫ ਯੂ ਹੈਵ ਐਨੀ ਪ੍ਰੋਬਲਮ ਮੇਰੇ ਕਹਿਣ ਦਾ ਪੰਜਾਬੀ ਚ ਮਤਲਬ ਹੈ ਯੰਗ ਯੰਗ ਮੁੰਡਿਆਂ ਦਾ ਸਰੀਰ ਦੇਖਿਆ ਵੀ ਕੀ ਹਾਲ ਹੋਇਆ ਸਟੈਂਡਿੰਗ ਪ੍ਰੋਬਲਮ ਟਾਈਮ ਨਹੀਂ ਲੱਗਦਾ ਔਰ ਔਲਾਦ ਨਹੀਂ ਹੁੰਦੀ ਨਹੀਂ ਤਾਂ ਕਈ ਬੰਦੇ ਵਿਚਾਰੇ 70 80 ਸਾਲ ਦੀ ਉਮਰ ਚ ਵੀ ਕੈਮ ਨੇ ਉਹਨਾਂ ਨੇ ਕਿਉਂਕਿ ਨਸ਼ਿਆਂ ਤੋਂ ਬਚੇ ਹੈ ਨਾ ਲੈ ਕੋਈ ਬਲੱਡ ਪ੍ਰੈਸ਼ਰ 슈ਗਰ ਕੋਲੇਸਟ੍ਰੋਲ ਦੀ ਬਿਮਾਰੀ ਨਹੀਂ ਨਾ ਕੋਈ ਅੰਗਰੇਜ਼ੀ ਦਵਾਈਆਂ ਖਾ ਰਹੇ ਨੇ ਬਹੁਤ ਲੋਕ ਮੈਨੂੰ ਉਦੋਂ ਖੁਸ਼ ਕਰਦੇ ਜਦੋਂ ਕਹਿੰਦੇ ਆ ਜੀ ਕੋਲੇਸਟ੍ਰੋਲ ਦੀ ਦਵਾਈ ਮੈਨੂੰ ਲਿਖ ਕੇ ਦਿੱਤੀ ਪਰ ਮੈਂ ਸ਼ੁਰੂ ਨਹੀਂ ਕੀਤੀ ਮੈਂ ਕੀ ਹੇ ਦਾ ਰਹਿਤਾ ਪੀ ਕੇ ਠੀਕ ਕਰ ਲੇ ਬਹੁਤ ਲੋਕ ਮੈਨੂੰ ਉਦੋਂ ਖੁਸ਼ ਕਰਦੇ ਜਦੋਂ ਕਹਿੰਦੇ ਜੀ ਸ਼ੂਗਰ ਦੀ ਦਵਾਈ ਉਹਨਾਂ ਨੇ ਲਿਖਤੀ ਮੈਟਫਾਰਮਿਨ ਪਰ ਮੈਂ ਸ਼ੂਗਰ ਸ਼ੁਰੂ ਨਹੀਂ ਕੀਤੀ ਮੈਂ ਸਿਨਮਨ ਲੈ ਲਿਆ ਮੇਥੀ ਲੈ ਲਈ ਐਕਸਰਸਾਈਜ਼ ਕਰ ਲਈ ਗੁਰਮਰ ਲੈ ਲਈ ਹਾਂ ਲੋਕਾਂ ਨੇ ਦੇਸੀ ਨੁਸਖਿਆਂ ਨਾਲ ਆਪਣੇ ਸ਼ੂਗਰ ਦਾ ਕੰਟਰੋਲ ਕੀਤੀ एक्सरसाइज ਨੇ ਹਮੇਸ਼ਾ ਤੁਹਾਡਾ ਫਾਇਦਾ ਕਰਨਾ ਹੈ ਜਿੰਨੇ ਲੌਂਗ ਟਾਈਮ ਡਰਾਈਵਿੰਗ ਦੇ ਉਹਨਾਂ ਨੂੰ ਮੈਂ ਇਹ ਕਹਿੰਨਾ ਕਿ ਵਿੱਚ ਵਿੱਚ ਜਦੋਂ ਟਾਈਮ ਮਿਲੇ ਤੇ ਉੱਠ ਕੇ ਤੁਰ ਫਿਰ ਲੋ ਥੋੜੀ ਐਕਸਰਸਾਈਜ਼ ਕਰੋ ਤਾਂ ਕਿ ਬਲੱਡ ਸਰਕੂਲੇਸ਼ਨ ਤੁਹਾਡਾ ਚੱਲਦੀ ਰਹੇ ਵੱਡੀ ਪ੍ਰੋਬਲਮ ਆਂਦੀ ਹੈ ਬਲੱਡ ਸਰਕੂਲੇਸ਼ਨ ਦੀ ਜਮ ਬ੍ਰੇਨ ਦੇ ਵਿੱਚ ਜਿਹੜੇ ਨਸ਼ਿਆਂ ਨੇ ਹਮੇਸ਼ਾ ਹੀ ਕੰਮ ਖਰਾਬ ਕਰਨਾ ਐ ਐਕਸੈਸ ਆਫ एवरीथिंग इज बैड ਨਸ਼ਾ ਕਰਨਾ ਜੀ ਸਦਕੇ ਕਰੋ ਇੱਕ ਪਗ ਪੀਣਾ ਤੇ ਦੋ ਪੀ ਲਓ ਪੀਓ ਪਰ ਨਾਲ ਖੁਰਾਕ ਖਾਓ ਕਿਉਂ ਨਹੀਂ ਤੇ ਇਹ ਸ਼ਰਾਬ ਨੇ ਤੁਹਾਡਾ ਜਾ ਕੇ ਬ੍ਰੇਨ 'ਚ ਵੀ ਕੰਮ ਖਰਾਬ ਕਰਨਾ ਲਿਵਰ ਵੀ ਖਰਾਬ ਕਰਨਾ ਭੁੱਖ ਨਹੀਂ ਲੱਗਣੀ ਔਰ ਬਲੱਡ ਸਰਕੂਲੇਸ਼ਨ ਵੀ ਨਹੀਂ ਹੋਣ ਦੇਣੀ ਜਿੰਨੀ ਦੇਰ ਸ਼ਰਾਬ ਨੂੰ ਤੁਸੀਂ ਖੁਰਾਕ ਨਹੀਂ ਦਿੰਦੇ ਸ਼ਰਾਬ ਨੂੰ ਪਚਾਣ ਦੇ ਲਈ ਮੀਟ ਚਾਹੀਦਾ ਮੱਛੀ ਚਾਹੀਦੀ ਚਿਕਨ ਚਾਹੀਦਾ ਲੇਕਿਨ ਕਈ ਵਾਰੀ ਕਿਸੇ ਨੂੰ ਹਾਰਟ ਪ੍ਰੋਬਲਮ ਹੈ ਬਲੱਡ ਪ੍ਰੈਸ਼ਰ ਪ੍ਰੋਬਲਮ ਫਿਰ ਅਸੀਂ ਉਹਨਾਂ ਨੂੰ ਕਿਹਾ ਫਿਸ਼ ਲੈ ਲਓ ਆਦਰਵਾਈਜ਼ ਉਹ ਲੋਕ ਮਰਦੇ ਆ ਜਿਹੜੇ ਜਦੋਂ ਮਰਜੀ ਦਿਨੇ ਵੀ ਪੀਵੀ ਜਾਂਦੇ ਰਾਤੀ ਵੀ ਪੀਵੀ ਜਾਂਦੇ ਖੁਰਾਕ ਖਾਂਦੇ ਨਹੀਂ ਸਮਝੋ ਕਿ ਚੰਗੇ ਭਲੇ ਬੰਦਿਆਂ ਨੇ ਆਪਣੇ ਆਪ ਨੂੰ ਉਹਨਾਂ ਦੀ ਲਾਈਫ ਖਤਮ ਕਾਰਨ ਕਿ ਸਿਰੋਸਿਸ ਆਫ ਲਿਵਰ ਯਕਰਿਤ ਸੰਕੋਚ ਜਿਗਰ ਦਾ ਕੈਂਸਰ ਇਹੋ ਜਿਹੀਆਂ ਬਿਮਾਰੀਆਂ ਹੋ ਜਾਂਦੀਆਂ ਪੇਟ ਚ ਪਾਣੀ ਪੈ ਜਾਂਦਾ ਫਾਰਾ ਹੋ ਜਾਂਦਾ ਤੇ ਲਿਵਰ ਡੈਮੇਜ ਹੋ ਗਿਆ ਲਿਵਰ ਇਸ ਦੀ ਓਨਲੀ ਆਰਗਨ ਵਿਚ ਕੈਨ ਰਿਪੇਅਰ ਬਾਈ ਇਟਸੈਲਫ ਜਿਗਰੀ ਕਿਹਦਾ ਆਰਗਨ ਹੈ ਜਿਹੜਾ ਆਪਣੇ ਆਪ ਆਪਣੇ ਆਪ ਨੂੰ ਪ੍ਰਿਪੇਅਰ ਰਿਪੇਅਰ ਕਰ ਲੈਂਦਾ ਲੇਕਿਨ ਸ਼ਰਾਬ ਨੇ ਹੌਲੀ ਹੌਲੀ ਲਿਵਰ ਦੇ ਨੋਡਿਊਲਸ ਬਣਾ ਦੇਨੇ ਜਿਗਰ ਦੇ ਪੀਸਿਸ ਬਣ ਜਾਂਦੇ ਆ ਲੀਵਰ ਜਿੰਨਾ ਮਰਜੀ ਆਪਣੇ ਆਪ ਨੂੰ ਰਿਪੇਅਰ ਕਰਦਾ ਰਹੇ ਕੋਈ ਸਟੇਜ ਆ ਜਾਂਦੀ ਹੈ ਦੈਟ ਇਜ਼ ਵਾਈ ਵੀ ਆਲਵੇਸ ਸ ਅਕਸੈਸ ਆਫ ఎవਰੀਥਿੰਗ ਇਜ਼ ਬੈਡ ਇਹ ਮੈਂ ਤਾਂ ਦੱਸਿਆ ਕਿ ਸ਼ਰਾਬ ਨਾ ਪੀਓ ਤਾਂ ਬੱਚੋ ਚੰਗਾ ਕੋਈ ਵੀ ਨਸ਼ਾ ਉਸ ਤੋਂ ਬਚੇ ਰਹੋ ਤਾਂ ਚੰਗਾ ਪੀਣੀ ਹੈ ਤੇ ਲਿਮਿਟ ਪੀਓ ਪਰ ਨਾਲ ਉਹਨੂੰ ਖਰਾਕ ਦਿਓ ਕੁਰਾਕ ਨੇ ਤੁਹਾਨੂੰ ਬਚਾਉਣਾ ਹੈ ਐਕਸਰਸਾਈਜ਼ ਨੇ ਬਤਾਨਾ ਹੈ ਮੈਡੀਟੇਸ਼ਨ ਨੇ ਬਚਾਉਣਾ ਹੈ ਯੋਗਾ ਨੇ ਬਚਾਉਣਾ ਹੈ ਬਰੀਥ ਇਨ ਬਰੀਥ ਆਊਟ ਕਰਦੇ ਰਹੋ ਆਕਸੀਜਨ ਚਾਹੀਦੀ ਬਲੱਡ ਸਰਕੂਲੇਸ਼ਨ ਲਈ ਹਾਰਟ ਵੀ ਸਟਰੋਂਗਰ ਹੋਵੇ ਹਾਰਟ ਇਜ਼ ਅ ਮੇਜਰ ਆਰਗਨ ਸਪਲਾਈਂਗ ਦਾ ਬਲੱਡ ਟੂ ਆਲ ਪਾਰਟਸ ਆਫ ਦਾ ਬਾਡੀ ਲੰਗਸ ਫੇਫੜੇ ਠੀਕ ਰਹਿਣ ਰੈਸਪੀਰੇਟਰੀ ਸਿਸਟਮ ਠੀਕ ਰਹੇ ਸਾਹ ਲੈਣਾ ਆਕਸੀਜਨ ਚਾਹੀਦੀ ਹੈ ਆਕਸੀਜਨ ਲੰਗਸ ਹਾਰਟ ਇਹ ਮਰਮਜ਼ ਅਸੀਂ ਇਹਨਾਂ ਨੂੰ ਕਹਿੰਦੇ ਆ ਇਹਨਾਂ ਨੂੰ ਅਸੀਂ ਮਰਮਜ਼ ਕਹਿੰਦੇ ਆ ਜਿਹਦੇ ਚ ਫੇਫੜੇ ਆ ਜਾਂਦੇ ਆ ਹਾਰਟ ਦਿਲ ਆ ਜਾਂਦਾ ਬ੍ਰੇਨ ਆ ਜਾਂਦਾ ਦਿਮਾਗ ਇਹ ਨਾਜ਼ੁਕ ਅੰਗ ਹੁੰਦੇ ਆ ਇਹਨਾਂ ਨੂੰ ਹੀ ਆਪਾਂ ਸਟਰੋਂਗ ਰੱਖਣਾ ਹੈ ਖੁਰਾਕਾਂ ਦੇ ਨਾਲ ਖੁਰਾਕਾਂ ਦਾ ਮੇਰਾ ਮਤਲਬ ਹੈ ਦਵਾਈ ਆਯੁਰਵੈਦਿਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਰਸਾਇਣ ਜਿਨ੍ਹਾਂ ਨੇ ਮੈਂ ਦਵਾਈਆਂ ਦੇ ਨਾਮ ਲਏ ਜਿੱਦਾਂ ਮੈਂ ਕਿਹਾ ਸੀ ਜੇ ਸੈਕਸੂਅਲ ਟੋਨਿਕ ਚੀਜ਼ਾਂ ਚਾਹੀਦੀਆਂ ਪੇਔਰ ਚੀਜ਼ਾਂ ਚਾਹੀਦੀਆਂ ਔਰ ਫਿਰ ਮੇਰੇ ਕੋਲ ਦੇਖੋ ਪਾਊਡਰ ਫਾਰਮ 'ਚ ਵੀ ਕੈਪਸੂਲ ਫਾਰਮ 'ਚ ਵੀ ਟੈਬਲੇਟ ਫਾਰਮ 'ਚ ਵੀ ਵੈਰੀ ਈਜ਼ੀ ਟੂ ਟੇਕ ਕਈ ਵਾਰੀ ਸੀ 2 2 3 3 ਕੈਪਸੂ ਗੋਲੀ ਵੀ ਦਿੰਨੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੁੰਦੀ ਹੈ ਕਈ ਵਾਰੀ ਦੋ ਟਾਈਮ ਵੀ ਦਿੰਨੇ ਇਹ ਮੇਰੇ ਤੇ ਡਿਪੈਂਡ ਕਰਦਾ ਤੁਹਾਨੂੰ ਕਿਹੜਾ ਫਾਰਮੂਲਾ ਦੇਣਾ ਹਰ ਇੱਕ ਲਈ ਫਾਰਮੂਲਾ ਡਿਫਰੈਂਟ ਰਿਜ਼ਲਟ ਨਾਲ ਮਰਦਾਨਾ ਕਮਜ਼ੋਰੀ ਦਾ ਸ਼ਰਤੀਆ ਲਾਜ਼ ਜੇ ਤੁਸੀਂ ਚਾਹਦੇ ਹੋ ਮਾਈ ਨੰਬਰਸ ਆਰ ਕੰਟੀਨਿਊਸਲੀ ਫਲੈਸ਼ਿੰਗ ਹੁੰਦਾ ਸਕਰੀਨ ਹਾਲ ਯੂ ਹੈਵ ਟੂ ਗਿਵ ਮੀ ਅ ਕਾਲ ਆਈਨੇ ਲੰਬੇ ਅਰਸੇ ਤੋਂ ਤੁਸੀਂ ਮੇਰੀ ਮਸ਼ਹੂਰੀ ਕਰਦੇ ਸੈਕਸ ਸਪੈਸ਼ਲਿਸਟ ਦੀ ਹਰ ਵਾਰੀ ਮੈਂ ਸੋਚਦਾ ਇਹ ਟੌਪਿਕ ਤੇ ਨਾ ਕਰੀਏ ਫੈਮਿਲੀ ਸ਼ੋ ਹੈ ਅੱਛਾ ਨਹੀਂ ਲੱਗਦਾ ਸਾਰੀ ਫੈ ਪਰ ਅੱਜਕਲ ਟੀਵੀ ਦੁਨੀਆ ਘਟ ਦਿਖਦੀ ਹੈ ਬਜ਼ੁਰਗ ਟੀਵੀ ਦੇਖਦੇ ਜਿਆਦਾ ਜਿਆਦਾ ਬੱਚੇ ਸੈਲ ਫੋਨ ਤੇ ਦੇਖ ਲੈਂਦੇ YouTube ਤੇ Facebook ਤੇ ਤੁਸੀਂ ਦੇਖੋ ਡਾਕਟਰ ਕੁਮਾਰ ਗਲੋਬਲ ਪੰਜਾਬ ਟੀਵੀ ਕਰਕੇ ਪੇਜ ਤੇ ਦੇਖ ਲਿਆ ਕਰੋ Facebook ਤੇ ਪਤਾ ਲੱਗ ਜਾਂਦਾ ਨੰਬਰ ਮੇਰੇ ਉਹ ਹੀ ਨੇ ਔਰ ਆਇਆ ਮੈਂ ਨਿਊਯਾਰਕ ਕੈਨੇਡਾ ਹਫਤੇ 10 ਦਿਨਾਂ ਚ ਦਵਾਈ ਪਹੁੰਚ ਜਾਂਦੀ ਆ ਅਮਰੀਕਾ ਦੀ ਹਰ ਸਟੇਟ ਚ 3 ਤੋਂ 5 ਡੇਸ ਪਹੁੰਚ ਜਾਂਦੀ ਆ 5 ਮਿੰਟ ਚ ਗੱਲ ਕਰੋ ਲਿਮਟ ਦੱਸੋ ਟੈਕਸਟ ਮੈਸੇਜ ਚ ਸਾਰਾ ਕੁਝ ਤੁਸੀਂ ਆਪਣਾ ਨਾਮ ਡੇਟ ਆਫ ਬਰਥ ਹਾਈਟ weight ਐਡਰੈਸ ਦੱਸਣਾ ਹੁੰਦਾ ਜਿੱਥੇ ਦਵਾਈ ਪਹਚਾਣੀ ਹੁੰਦੀ ਹੈ ਪੀ ਤੁਸੀਂ ਆਪਣੇ ਕਾਰਦ ਤੋਂ ਨਹੀਂ ਕਰ ਦਿੰਦੇ ਹੋ ਮੇਰੇ ਵੱਲੋਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਕਰੋ ਪਰ ਇਹ ਯਾਦ ਰੱਖੋ ਕਿ ਜੇ ਮਰਦਾਨਾ ਕਮਜ਼ੋਰੀ ਹੈ ਜੇ ਸਟੈਂਡਿੰਗ ਪ੍ਰੋਬਲਮ ਹੈ ਕਈਆਂ ਨੂੰ ਨਾਲ ਕੌਨਸਟਿਪੇਸ਼ਨ ਹੁੰਦੀ ਹੈ ਕਬਜ਼ ਵੀ ਮੈਂ ਦੱਸਿਆ ਬੜੀ ਬਿਮਾਰੀਆਂ ਦੀ ਜੜ ਜਿਨ੍ਹਾਂ ਨੂੰ ਕਬਜ਼ ਹੈ ਜੋਰ ਲਾ ਕੇ ਜਦੋਂ ਵੀ ਲੈਟਰਨ ਕਰਦੇ ਆ ਪਿਸ਼ਾਬ ਦੇ ਨਾਲ ਕਈਆਂ ਦੇ ਵੀਰੇ ਨਿਕਲ ਜਾਂਦਾ ਜਿੰਨੂੰ ਮੈਂ ਪੰਜਾਬੀ ਚ ਕਹਾਂ ਸੀ ਤਾਂਤ ਸਪਰਮੈਟੋਰੀਆ ਅਲਬਿਮਿਨਿਯੂਰੀਆ ਪ੍ਰੋਟੀਨਿਯੂਰੀਆ ਇਹ ਸਾਰੀਆਂ ਚੀਜ਼ਾਂ ਪਿਸ਼ਾਬ ਦੇ ਰਸਤੇ ਨਿਕਲਦੀਆਂ ਤੇ ਕਮਜ਼ੋਰੀ ਆਉਂਦੀ ਆ ਪਿਸ਼ਾਬ ਦੇ ਰਸਤੇ ਭਾਵੇਂ ਪ੍ਰੋਟੀਨਸ ਨਿਕਲਦੇ ਹੋ ਅਲਬੂਮਿਨ ਨਿਕਲੇ ਜਾਂ ਸਪਰਮ ਨਿਕਲੇ ਜਾਂ ਸੀਮਨ ਨਿਕਲੇ ਜਾਂ ਵੀਰੇ ਨਿਕਲੇ ਉਹ ਪ੍ਰੋਬਲਮ ਨੂੰ ਸੋਲਵ ਕਰਨ ਲਈ ਦੇਸੀ ਦਵਾਈਆਂ ਸਿਰਫ ਹੈ ਤੇ ਆਯੁਰਵੈਦਿਕ ਟ੍ਰਿਬਲਸ ਟ੍ਰੈਸਟ੍ਰਿਸ ਵਿਥੀਨੀਆ ਸ਼ੋਮਨੀ ਫੇਰਾ ਬਹੋਰੀਵਿਆਸ ਡਿਫਿਊਸਾ ਇਹ ਬੋਟੈਨੀਕਲ ਨੇਮ ਉਹਨਾਂ ਦਵਾਈਆਂ ਦੇ ਨੇ ਨਾਮ ਨੇ ਜਿਨ੍ਹਾਂ ਨੇ ਕਿਡਨੀ ਪ੍ਰੋਬਲਮ ਹੋਵੇ ਕਿਡਨੀ ਚ ਗੁਰਦੇ ਚ ਪੱਥਰੀ ਹੋਵੇ ਕਿਡਨੀ ਸਟੋਨ ਹੋਣ ਗਾਲ ਬਲੱਡਰ ਸਟੋਨਸ ਹੋਣ ਫੈਟੀ ਲਿਵਰ ਹੋਵੇ ਇਹ ਹੀ ਦਵਾਈਆਂ ਉਧਰ ਵੀ ਫਾਇਦਾ ਕਰ ਜਾਂਦੀਆਂ ਨਾਲੇ ਮੇਰੀ ਹਰ ਦਵਾਈ ਭਾਵੇਂ ਬਲੱਡ ਪ੍ਰੈਸ਼ਰ ਦੀ ਹੋਵੇ ਭਾਵੇਂ ਸ਼ੂਗਰ ਦੀ ਹੋਵੇ ਭਾਵੇਂ ਕੋਲੇਸਟ੍ਰੋਲ ਦੀ ਹੋਵੇ ਸੈਕਸੂਅਲ ਫਾਇਦਾ ਹੀ ਫਾਇਦਾ ਕਿਉਂਕਿ ਕਈਆਂ ਦੇ ਵਿੱਚ ਮੇਥੀ ਵੀ ਨਾਲ ਹੁੰਦੀ ਹੈ ਔਰ ਫਿਰ ਇਹਦੇ ਨਾਲ ਸਪਰਮ ਕਾਊਂਟ ਵੀ ਵੱਧਦੀ ਹੈ ਔਰ ਅੰਗਰੇਜ਼ੀ ਦਵਾਈ ਜਿਹੜੀ ਵੀ ਤੁਸੀਂ ਖਾਓਗੇ ਸ਼ੂਗਰ ਦੀ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਆਰਥਰਾਈਟਿਸ ਦੀ ਥਾਇਰਾਇਡ ਦੀ ਮੋਟਾਪੇ ਦੀ ਹਾਰਟ ਦੀ ਉਹਨੇ ਸੈਕਸ ਡਾਊਨ ਕਰਨਾ ਡਾਕਟਰ ਤੁਹਾਨੂੰ ਲਿਖ ਦੇਣਗੇ ਵਿਆਗਰਾ 45 ਲੋਵੇਟਰਾ ਜਿਹੜੀ ਮਰਜ਼ੀ ਸ਼ੁਰੂ ਕਰ ਲੈ ਫਿਰ ਸਾਰੀ ਉਮਰ ਖਾਓ ਔਰ ਫਿਰ ਉਹ ਹੀ ਵਿਆਗਰਾ ਪਹਿਲਾਂ 25mg ਦੀ ਅਸਰ ਕਰੇਗੀ ਖਤਮ ਫਿਰ 50mg ਦੀ ਅਸਰ ਕਰੇਗੀ ਖਤਮ ਫਿਰ 100mg ਦੀ ਅਸਰ ਕਰੇਗੀ ਖਤਮ ਪਰ ਹਰਾਨ ਨਹੀਂ ਉੱਥੇ ਹੁੰਦੀ ਕਿ ਜਿਹੜੇ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਵੀ ਸ਼ਾਰਟ ਵਾਲੇ ਖਾਂਦੇ ਡੈਥ ਤੱਕ ਹੋ ਜਾਂਦੀ ਕਿਉਂਕਿ ਉਸੇ ਵੇਲੇ ਸਿਰ ਚੱਕਿਆ ਜਾਂਦਾ ਕਈ ਦੁਨੀਆ ਲੋਕੀ ਓਵਰ ਦੀ ਕਾਊਂਟਰ ਮੈਡੀਸਨ ਲੈ ਲੈਂਦੇ ਉਹਦੇ ਨਾਲ ਵੀ ਸਾਈਡ ਇਫੈਕਟ ਸੋ ਪਿਆਰੇ ਦਰਸ਼ਕੋ ਜੇ ਇਸ ਟੌਪਿਕ ਤੇ ਜਿਹੜੇ ਆਪਾਂ ਡਿਸਕਸ ਕੀਤਾ ਜੇ ਮੇਰੀ ਮਦਦ ਦੀ ਲੋੜ ਹੈ ਤੇ ਸਿਰਫ ਕਾਲ ਕਰਨੀ ਮੈਸੇਜ ਛੱਡਣਾ ਕਈ ਵਾਰੀ ਕਾਲ ਨਹੀਂ ਮਿਲਦੀ ਦੋਨੇ ਨੰਬਰ ਤੋਂ ਨੇ ਮੈਨੂੰ ਸੈੱਲ ਨੰਬਰ ਹੈ 7182165137 7188495859 ਆਫਿਸ ਨੰਬਰ ਲੈਂਡਲਾਈਨ ਨੰਬਰ ਮੈਸੇਜ ਕਰਨਾ ਤੇ ਤੁਸੀਂ ਸੈੱਲ ਨੰਬਰ ਤੇ ਕਰਨਾ ਕਈ ਵਾਰੀ ਕਾਲ ਨਹੀਂ ਮਿਲਦੀ ਮੈਸੇਜ ਕਰ ਦਿਆ ਕਰੋ ਮੈਸੇਜ ਕਰਕੇ ਆਪਣਾ ਫੋਨ ਨੰਬਰ ਦਰਜ ਦੱਸਿਆ ਕਰੋ ਆਪਣਾ ਨਾਮ ਦੱਸਦਿਆ ਕਰੋ ਜਦੋਂ ਸਾਡਾ ਟਾਈਮ ਲੱਗਦਾ ਕਾਲ ਬੈਕ ਕਰ ਲਈਏ ਸੋ ਪਿਆਰੇ ਦਰਸ਼ਕੋ ਵੀ 25 30 ਸਾਲ ਤੋਂ ਤੁਸੀਂ ਲਗਾਤਾਰ ਮੇਰੇ ਟੀਵੀ ਸ਼ੋਅ ਦੇਖ ਰਹੇ ਹੋ ਸ਼ਰੀਰ ਦੀ ਕੋਈ ਬਿਮਾਰੀ ਹੋਵੇ ਜ਼ਰੂਰੀ ਨਹੀਂ ਵੀ ਇਸੇ ਟੌਪਿਕ ਦੀ ਹੋਰ ਵੀ ਸ਼ਰੀਰ ਆਪਣਾ ਨਾਨਕ ਦੁਖੀ ਐਸਾ ਸਭ ਸੰਸਾਰ ਹਰ ਇੱਕ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਹਰ ਪ੍ਰੋਬਲਮ ਨੂੰ ਸੋਲਵ ਕਰਦੇ ਤੇ ਆਯੁਰਵੈਦਿਕ ਤਰੀਕੇ ਨਾਲ ਦੇਸੀ ਤਰੀਕੇ ਨਾਲ ਹਰਬਲ ਤਰੀਕੇ ਨਾਲ ਨੈਚੁਰਲ ਤਰੀਕੇ ਨਾਲ ðiiz are natural supplements natural supplements ਦਾ ਮਤਲਬ ਕੁਦਰਤੀ ਜੜੀ ਬੂਟੀਆਂ ਨਾਲ ਜਿੱਦ ਆਪਾਂ ਫਲ ਫਰੂਟ ਜੂਸਿਸ ਖਾਂਦੇ ਆ ਬਹੁਤ ਇਹ ਵਿਟਾਮਿਨਸ ਤੁਹਾਡੇ ਹਰੀਆਂ ਸਬਜ਼ੀਆਂ ਫਲ ਫਰੂਟਸ ਦੇ ਵਿੱਚ ਹੁੰਦੇ ਆ ਕਈ ਲੋਕ ਕਿੰਨੇ ਕਿੰਨੇ ਓਵਰਡੋਸ ਵਿਟਾਮਿਨ ਖਾਂਦੇ ਆ ਵਿਟਾਮਿਨ ਡੀ ਸਾਰਿਆਂ ਦਾ ਘਟਾ ਧੁੱਪ ਤੋਂ ਲੈ ਲਓ ਸੋ ਮੇਰੇ ਖਿਆਲ ਹੈ ਕਿ ਟਾਈਮ ਉਹਨਾਂ ਕੀ ਰਹਿ ਗਿਆ ਹੁਣ ਟਾਈਮ ਜ਼ਿਆਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬੰਨੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਵਾਲੇ ਤੇ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ